ਲਓ ਵੀ ਕਿੱਦਾਂ ਠੀਕ ਹੋ ਸਾਰੇ? ਠੰਡ ਨੂੰ ਹੁਣ ਬਾਏ ਬਾਏ, ਠੰਡ ਜਾਣ ਲਈ ਵਾਪਸ, ਤੇ ਠੰਡ ਇੱਕ ਵਾਰੀ ਕੱਢ ਕੇ ਜਾਂਦੇ ਜਾ ਰਹੀ ਆ ਆ ਆਪਣਾ ਬਾਏ। ਵਹਾਉਣ ਲਈ। ਆਹੋ ਅੱਜ ਕੁਛ ਧੁੱਪ ਛੁੱਪ ਲੱਗੀ ਸੀ ਤੇ ਬਾਕੀ ਕੱਲ ਇਹ ਪਹਿਲਾ ਆ। ਦਿਨ ਸੀ, ਅੱਜ ਦੂਜਾ ਦਿਨ ਵੀ ਧੁੱਪ ਲੱਗੀ ਹਾਂ, ਹੈ। ਲੇਕਿਨ ਰਾਤ ਨੂੰ ਧੁੰਦ ਜੀ ਪੈ ਜਾਂਦੀ, ਵਾਵਾ ਫੇਰ ਵੀ ਠਾਰ ਬੜੀ ਹੋ ਜਾਂਦੀ ਹੈ। ਆਹੋ ਤੇ ਚਲੋ ਰਣਜੀਤ ਬਾਬੇ ਦਾ ਲਾਈਵ ਸ਼ੋਅ ਜਿਹੜਾ ਜੀ ਉਹ ਵੇਖਣ ਲੱਗੇ ਆ ਆਪਾਂ, ਕਦੋਂ ਦਾ ਇਹ ਨਹੀਂ ਪਤਾ, ਉਹਦੇ ਲਿਖਿਆ ਸਿਰਫ ਇਹੀ ਕਿ ਲਾਈਵ ਸ਼ੋਅ ਹੈ, ਲਾਈਵ ਜਿਹੜਾ ਸ਼ੋਅ ਸਾਨੂੰ ਵੀਡੀਓ ਕਲਾਇਆ, ਕਿ ਉਹ ਕੱਲ ਆਪਾਂ ਵੇਖਿਆ ਸੀ ਉਹ ਪਹਿਲੇ ਫੈਨ ਵਾਲਾ, ਹਾਂ ਪਹਿਲੇ ਫੈਨ ਵਾਲਾ ਫਸਟ ਫੈਨ ਵਾਲਾ, ਤੇ ਅੱਜ ਆਪਾਂ ਹੁਣ ਇਹ ਵੀ ਵੇਖ ਲਈਏ ਨਾਲ। ਇਹਦਾ ਨਹੀਂ ਜੇ ਭਰਾਜੀ ਭਰਾਜੀ ਕਿਸੇ ਨੂੰ ਕਾਹਲੀ ਹੋਈ ਤਾਂ ਮੇਰੇ ਵੀਰ ਕੋਈ ਨਹੀਂ, ਆਪਣੇ ਆਪਣੇ ਕੰਮਾਂ ਦੇ ਹਿਸਾਬ ਨਾਲ ਚੱਲ ਜਾਓ, ਅਸੀਂ ਇੱਥੇ ਹੀ ਹਾਂ, ਪ੍ਰਧਾਨ ਸਾਹਿਬ ਜੀ ਹੋਣੀ ਸਾਰੇ ਇੱਥੇ ਹੀ ਹੋ। ਇੱਕ ਗਾਣਾ ਯਾਦ ਆ ਗਿਆ ਬਾਬਾ ਜੀ, ਗਾਣਾ ਸੁਣਾਓ। ਤੁਹਾਡਾ ਦੌਰ ਚਿੱਠੀਆਂ ਦਾ ਸੀ, ਚਿੱਠੀਆਂ ਦਾ, ਹੁਣ ਟੈਲੀਫੋਨ ਆ ਗਏ। ਬਾਬਾ ਜੀ ਹੁਣੀ ਠੀਕ ਠੀਕ ਆ, ਬੇਬੇ ਪੈਰੀ ਪਹਿਨਾ, ਬੇਬੇ ਹੁਣ ਟੈਲੀਫੋਨ ਆ ਗਏ, ਟਿਕਟੋਕ ਆ ਗਿਆ, ਸਨੈਪਚੈਟ ਆ ਗਈ, ਆ ਕਾਹਨੂੰ ਗਏ ਥਾਹ ਪੈ ਗਿਆ, ਮਾੜੀ ਮਾੜੀ ਗੱਲ ਨੈਟ ਤੇ ਪੈ ਜਾਂਦੀ ਆ। ਉਹ ਮੁੰਡਾ ਕਹਿੰਦਾ, ਕਈ ਵਾਰੀ ਬੰਦਾ ਰੀਚਾਰਜ ਵੀ ਕਰਾ ਕੇ ਦਿੰਦਾ, ਫਿਰ ਕਹਿੰਦਾ ਤੇਰੇ ਨਾਲ ਕੀ ਯਾਰੀ ਪੈ ਗਈ, ਦੁਨੀਆਂ ਪਿੱਛੇ ਸਾਰੀ ਪੈ ਗਈ। ਸੁਣ ਕੇ ਬਾਬਾ ਜੀ, ਤੁਹਾਡੇ ਵਾਲੇ ਪਿਆਰ ਬਹੁਤ ਵਧੀਆ ਸੀ ਜਦ ਉਹ ਉਮਰ ਸੀ, ਮੈਂ ਨਾ ਇੱਥੇ ਰਵੇ, ਮੈਂ ਵੇਖ ਲਿਆ ਜਿਹੜੇ ਹਿਸਾਬ ਨਾਲ ਸੋਫੇ ਤੇ ਫਸੇ ਬੈਠੇ ਹਾਂ, ਵੇਖ ਲਿਆ ਮੈਂ ਪਿਆਰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਉਹ ਚਾਚਾ ਬਹਿ ਜਾ ਕਿੱਧਰ, ਜ਼ੋਰ ਪੈ ਗਿਆ ਟੈਮ ਨਾਲ ਜੀ, ਇੱਧਰ ਬਾਬਾ ਜੀ ਇੱਧਰ, ਬਾਬਾ ਜੀ ਸਹੀ ਸੁਣਦੇ ਸਹੀ ਹੈ, ਓਕੇ। ਤੇਰੇ ਨਾਲ ਕੀ ਯਾਰੀ ਪੈ ਗਈ, ਦੁਨੀਆ ਪਿੱਛੇ ਸਾਰੀ ਪੈ ਗਈ, ਹੋਰਾਂ ਦੇ ਨਾਲ ਹੱਸ ਹੱਸ ਗੱਲਾਂ, ਸਾਡੇ ਵਾਰੀ ਬਿਮਾਰੀ ਪੈ ਗਈ, ਜਿਹਦੇ ਨਾਲ ਵੀ ਵਾਹ ਪਿਆ ਏ ਕੋਈ ਉਹ ਲਾਉਂਦਾ ਦਾ ਪਿਆ ਏ, ਡੰਗਰ ਵੀ ਤਾਂ ਉਧਰ ਗਏ ਨੇ ਜਿੱਧਰ ਬਹੁਤਾ ਘਾਹ ਪਿਆ ਏ, ਇਹ ਸਾਡਾ ਛੱਲਾ ਮੋੜ ਦੇ ਸਾਨੂੰ, ਨੀ ਤੇਰਾ ਛੱਲਾ ਆ ਪਿਆ ਏ, ਤੇਰਾ ਛੱਲਾ ਆ ਪਿਆ ਏ, ਸਾਡਾ ਛੱਲਾ ਮੋੜ ਦੇ ਸਾਨੂੰ, ਤੇਰਾ ਛੱਲਾ ਆ ਪਿਆ ਏ, ਅੱਜ ਆ ਤੂੰ ਸਾਡਾ ਨਹੀਂ ਪਾਉਣਾ ਫਿਰ ਅਸੀਂ ਐਵੇਂ ਤੇਰਾ ਫਸਾਈ ਬੈਠੇ, ਮੈਂ ਤਾਂ ਪਾਇਆ ਭਰਾ, ਮੈਂ ਤਾਂ ਪਾਇਆ, ਮੇਰੀਆਂ ਨੀ ਤਾਂ ਫੁੱਟ ਜਾਂਦੀਆਂ ਨਾ ਮੂਰੇ ਵਾਲੇ। ਉਹ ਕਹਿੰਦਾ ਤੂੰ ਆ ਰਿਹਾ ਜਿੱਥੇ ਮੈਂ ਆ ਰਿਹਾ, ਤੈਨੂੰ ਪਤਾ ਲੱਗ ਗਿਆ ਮੈਂ ਆ ਰਿਹਾ, ਗੱਲਾਂ ਗੈਰਾਂ ਨਾਲ ਕੀਤੀਆਂ ਬਤੇਰਾ, ਕਈ ਵਾਰੀ ਕਿਸੇ ਨੂੰ ਫੋਨ ਕਰੋ ਅਗਲਾ ਫੋਨ ਹੀ ਨਹੀਂ ਚੁੱਕਦਾ, ਅੱਧੇ ਬੰਦੇ ਇਸੇ ਕਰਕੇ ਬਲੌਕ ਲਿਸਟ 'ਚ, ਬਹੁਤਿਆਂ ਦਾ ਪਿਆਰ ਸ਼ਾਮਾਂ ਨੂੰ ਟੁੱਟਦਾ, ਸਵੇਰੇ ਰਾਜੀਨਾਮਾ ਜਿਹਾ ਹੋ ਜਾਂਦਾ ਉੱਤੇ ਵਟਸਐਪ 'ਤੇ, ਫੇਸਬੁੱਕ 'ਤੇ, ਸਨੈਪਚੈਟ 'ਤੇ, ਟਿਕਟੋਕ 'ਤੇ, ਅੱਗੇ ਪਹਿਲਾਂ ਫੋਟੋ ਖਲਾਉਂਦੇ ਹੁਣ ਕਈ ਕਹਿੰਦੇ ਭਾਅ ਜੀ ਇੱਕ ਟਿਕਟੋਕ ਬਣਾ ਲਈਏ। ਅਤੇ ਇੱਕ ਉਦਣ ਇੱਕ ਨੇ ਸਾਹਮਣੇ ਮੇਰੇ ਕੰਨ 'ਚ ਲਾ ਤੇ ਇੱਥੇ, ਉਹ ਕੁੱਤੇ ਜਿਹੇ ਕੰਨ ਨਹੀਂ ਹੁੰਦੇ, ਉਹ ਮੈਂ ਕਿਹਾ ਪਰੇ ਕਰ। ਉਹ ਕਹਿੰਦਾ ਗੱਲਾਂ ਗੈਰਾਂ ਨਾਲ ਕੀਤੀਆਂ ਬਤੇਰਾ, ਨੀ ਬਸ ਇੰਨਾ ਕੁ ਪਿਆਰ ਸੀਗਾ ਤੇਰਾ, ਹੁਣ ਪਿਆਰ ਟੁੱਟ ਗਏ, ਬ੍ਰੇਕਅਪ ਐ ਹੁੰਦਾ ਆ ਵੀ ਪੁੱਛੇ ਕੁਝ ਨਾ, ਉਹ ਤੂੰ ਇਕੱਲਾ ਇੰਨਾ ਸਮਾਨ ਚੁੱਕੀ ਫਿਰਦਾ, ਉਹ ਭਰਾ ਮਰੂੰਡੇ ਆ ਦੇ ਜਾ ਦੋ ਭਰਾ ਮਰੂੰਡੇ, ਥੈਂਕ ਯੂ ਭੈਣੇ ਪਾਪਾ ਜੀ, ਵੇਖਿਆ ਕਢਾਲੇ ਕਿ ਨਹੀਂ, ਆਉਂਦੀ ਕਲਾਕਾਰੀ, ਕਲਾਕਾਰ ਨੂੰ 10 ਲੱਖ ਰੁਪਈਆ ਦੇ ਦਿਓ ਓਨਾ ਖੁਸ਼ ਨਹੀਂ ਹੁੰਦਾ ਜਿੰਨੇ ਆਹ ਪੈਸੇ ਮਿਲਦੇ ਖੁਸ਼ ਹੁੰਦਾ, ਇਹ ਫੈਕਟ ਹੈ, ਪੁੱਛੋ ਕਿਉਂ, ਕਿਉਂਕਿ ਇਹ ਤੁਹਾਡੀਆਂ ਦੁਆਵਾਂ ਹੁੰਦੀਆਂ, ਤੁਸੀਂ ਦਿਲੋਂ ਦਿੱਤੇ ਹੁੰਦੇ, ਤੁਹਾਨੂੰ ਲੱਗਦਾ ਵੀ ਯਾਰ ਕਲਾਕਾਰ ਨੂੰ ਦੇਣੇ ਚਾਹੀਦੇ, ਉਹ ਤਾਂ ਅਸੀਂ ਬਾਬਾ ਜੀ ਹੁਣਾਂ ਤੋਂ ਖੈਰ ਸਾਡਾ ਪਿਆਰ ਅਸੀਂ ਨਹੀਂ ਲੈ, ਜਾਂ ਅਸੀਂ ਲੈ ਲਾਂਗੇ ਬਾਬਾ ਜੀ ਹੁਣਾਂ ਤੋਂ ਜਦੋਂ ਜੀ, ਗੱਲਾਂ ਗੈਰਾਂ ਨਾਲ ਕੀਤੀਆਂ ਬਤੇਰਾ,
ਇੱਕ ਗਾਣਾ ਸੀ ਪਹਿਲਾਂ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਕੇ ਜਦੋਂ ਦਾ ਟੈਲੀਫੋਨ ਲੱਗਿਆ ਤੁਸੀਂ ਚਿੱਠੀਆਂ ਚਿੱਠੀਆਂ ਪਾਉਣੀਆਂ ਭੁੱਲ ਕੇ ਜਦੋਂ ਦਾ ਟੈਲੀਫੋਨ ਲੱਗਿਆ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਕੇ ਜਦੋਂ ਦਾ ਟੈਲੀਫੋਨ ਲੱਗਿਆ ਫੇਰ ਆਂਦਾ ਫੇਰ ਦੌਰ ਆਇਆ ਗੱਲਾਂ ਗਹਿਰਾਂ ਨਾਲ ਕੀਤੀਆਂ ਚੱਲਿਆ ਅਜਾ ਯੁਗਲੀ ਬੰਦਾ ਇਹਨਾਂ ਦਾ ਗਾਣੇ ਨਾਲੋਂ ਉਂਝ ਗੱਲਾਂ ਸੁਣਨ ਦਾ ਬਹੁਤਾ ਸਵਾਦ ਆਉਣ ਡਿਆ ਗੱਲਾਂ ਗਹਿਰਾਂ ਨਾਲ ਕੀਤੀਆਂ ਗੱਲਾਂ ਗਹਿਰਾਂ ਨਾਲ ਕੀਤੀਆਂ ਸੌਣ ਨਹੀਂ ਸਹੀ ਅੱਛਾ ਨਹੀਂ ਉਹ ਚੱਲ ਜੂਗਾ ਇਹ ਬਹੁਤ ਕੰਮ ਹੁੰਦਾ ਇਹਨਾਂ ਦਾ ਸਾਜ਼ਾਂ ਦਾ ਬਹੁਤ ਕੰਮ ਹੁੰਦਾ ਕਈ ਵਾਰੀ ਉੱਚਾ ਨੀਵਾਂ ਹੋ ਜਾਵੇ ਉੱਚਾ ਨੀਵਾਂ ਹੋ ਜਾਵੇ ਉਹ ਯਾਰ ਉਹ ਮੈਨੂੰ ਗਿਰੀ ਲੈ ਦਿਓ ਇੱਕ ਉਹ ਯਾਰ ਮੂੰਹ 'ਚ ਪਾਣੀ ਲਿਆਈ ਜਾਂਦਾ ਮਾਮਾ ਸਾਈਡ 'ਤੇ ਆ ਜਾ ਉਹ ਸਾਡੀ ਫਿਲਮ ਆ ਰਹੀ ਹੈ ਤਾਰਾ ਮੀਰਾ 11 ਤਰੀਕ ਨੂੰ ਤੁਹਾਨੂੰ ਕੋਈ ਲੱਗ ਗਿਆ ਇੱਥੇ ਸਿਨੇਮਾ ਕਿਹੜਾ ਪੈਂਦਾ ਬਈਆ ਆਹ ਏਰੀਏ 'ਚ ਬੰਗਾ ਨਵਾਂ ਸ਼ਹਿਰ ਬੰਗੇ ਹੈਗੀ ਸਕਰੀਨ ਉਹ ਸੱਚ ਹਾਂ ਇੱਥੇ ਹੈਗਾ ਬਈ ਦੇਖ ਕੇ ਆਇਓ ਜੇ ਤੁਹਾਡਾ ਟਾਈਮ ਲੱਗਾ ਭਾਈ ਤੁਹਾਡੀ ਜੇਬ ਅਲਾਓ ਕਰਦੀ ਹੋਈ ਤਾਂ ਜ਼ਰੂਰ ਜਾਇਓ ਆਪਣੇ ਆਪਣੇ ਉਹਦੇ ਹਿਸਾਬ ਨਾਲ ਉਹ ਬਹਿ ਜਾ ਤੁਮਕੋ ਗਾਣਾ ਸੁਣਾਏ ਇੱਕ ਬਹਿ ਜਾ ਮਾਮਾ ਅੱਗੇ ਪੰਜਾਬੀ ਦਾ ਰੌਲਾ ਬੜਾ ਪਿਆ ਤੇਰੇ ਨਾਲ ਹਿੰਦੀ ਬੋਲ ਕੇ ਉਹ ਨਹੀਂ ਯਾਰ ਉਹ ਮੇਰੇ ਭਰਾ ਉਹ ਲਵ ਯੂ ਯਾਰ ਮੈਂ ਤਾਂ ਓਏ ਹੋਏ ਹੋਏ ਭਾਈ ਤਾੜੀ ਲਾਓ ਜ਼ੋਰਦਾਰ ਓਏ ਹੋਏ ਦਿਲ ਚਾਹੀਦਾ ਬੰਦੇ ਦਾ ਤੂੰ ਮੇਲਾ ਲੁੱਟ ਲਿਆ ਮੈਂ ਕਿਹਾ ਲਵ ਯੂ ਸੋ ਮੱਚ ਮੈਂ ਗਾ ਲਿਆ ਮੇਰੇ ਗਲੇ 'ਚ ਗਿਰੀ ਫਸ ਜਾਣੀ ਪਰ ਤੂੰ ਇੰਨੇ 'ਚ ਮੇਲਾ ਲੁੱਟ ਲਿਆ ਓਏ ਯਾਰ ਹਲ ਲਵ ਯੂ ਸੋ ਮੱਚ ਔਰ ਲੱਲਾ ਤੇਰੇ ਕੋ ਨਾਮ ਹੀ ਲਈ ਮੈਂ ਵਹਿ ਖੋਲਾ ਨਹੀਂ ਰੱਖ 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 ਕੋਲ ਰੱਖ ਪੰਜਾਬੀ ਇੱਕ ਤਾੜੀ ਪੰਜਾਬੀ ਦੇ ਨਾਂ ਦੀ ਲਾਓ ਪਿਛਲੇ ਦਿਨਾਂ 'ਚ ਖੈਰ ਫਸਾਦ ਖੜੇ ਹੋਣ ਲੱਗ ਗਏ ਪਰ ਬੋਲੀ ਨਹੀਂ ਮਾਰਦੀ ਜਦੋਂ ਮਾਂ ਬੱਚਾ ਜੰਮ ਕੇ ਪਹਿਲੀ ਵਾਰੀ ਉਹਦੇ ਕੰਨ 'ਚ ਕੁਛ ਵੀ ਬੋਲਦੀ ਆ ਬੋਲੀ ਉਦੋਂ ਹੀ ਪੈ ਜਾਂਦੀ ਬੋਲੀ ਵਾਲੀ ਗੁੜਤੀ ਉਦੋਂ ਹੀ ਮਿਲ ਜਾਂਦੀ ਸਾਨੂੰ ਗੁੜਤੀ ਉਦੋਂ ਮਿਲ ਗੱਲਾਂ ਗਹਿਰਾਂ ਨਾਲ ਕੀਤੀਆਂ ਬਥੇਰਾ ਉਹ ਗੱਲਾਂ ਗਹਿਰਾਂ ਨਾਲ ਕੀਤੀਆਂ ਬਥੇਰਾ ਸਾਡੇ ਵਾਰੀ ਫੋਨ ਕੱਟਦਾ ਕੱਟਦਾ ਸਾਡੇ ਵਾਰੀ ਫੋਨ ਕੱਟਦਾ ਸਾਡੇ ਵਾਰੀ ਫੋਨ ਕਰੋ ਸਹੇਲੀ ਨੂੰ ਬੰਦਾ ਫੋਨ ਕਰ ਲਿਆ ਕਹਿੰਦਾ ਕਿੱਥੇ ਉਹ ਅੱਗੋਂ ਕਜ਼ਨ ਪਤਾ ਨਹੀਂ ਕਿਹੜੇ ਆ ਜਾਂਦੇ ਆ ਕਜ਼ਨ ਨਾਲ ਲੱਗੇ ਉਹ ਕਹਿੰਦਾ ਸਾਰਾ ਦਿਨ ਫੋਨ ਤੇ ਕੀ ਵੇਚਦੀ ਬੜੇਵੇਂ ਤੂੰ ਸਾਡੀ ਮਿਸ ਕਾਲ ਦਾ ਜਵਾਬ ਵੀ ਨਾ ਦੇ ਸਾਰਾ ਦਿਨ ਫੋਨ ਤੇ ਕੀ ਵੇਚਦੀ ਬੜੇ ਵਿੱਚ ਸਾਡੀ ਹੈ ਲੋਹਾਏ ਦਾ ਜਵਾਬ ਵੀ ਨਾ ਦੇਵੇ ਸਾਡੀ ਹੈ ਲੋਹਾਏ ਦਾ ਜਵਾਬ ਵੀ ਨਾ ਦੇਵੇ ਨਹੀਂ ਇੱਥੇ ਸਰ ਜੇ ਮੋਬਾਈਲ ਫੋਨ ਤੇਰਾ ਇੱਥੇ ਸਰ ਜੇ ਮੋਬਾਈਲ ਫੋਨ ਇੱਥੇ ਸਰ ਜੇ ਮੋਬਾਈਲ ਫੋਨ ਤੇਰਾ ਸੁਰ ਉੱਚਾ ਰੱਖ ਲਓ ਫਿਰ ਲਾਉਣਾ ਪਏ ਸਾਡੇ ਵਾਰੀ ਫੋਨ ਕੱਟਦਾ ਕੱਟਦਾ ਸਾਡੇ ਵਾਰੀ ਫੋਨ ਕੱਟਦਾ ਅੱਧੀ ਰਾਤ ਤੱਕ ਮੈਂ ਪੜ੍ਹਦੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਅੱਧੀ ਰਾਤ ਤੱਕ ਮੈਂ ਪੜ੍ਹ ਇੱਕ ਜ਼ੋਰਦਾਰ ਤਾੜੀ ਬੀਬਾ ਰਣਜੀਤ ਕੌਰ ਜੀ ਦੇ ਨਾਲ ਉਹ ਤਾੜੀ ਲਾ ਦੋ ਫ੍ਰੀ ਦੀ ਚੀਜ਼ ਆ ਠੰਡ ਲੱਗ ਰਹੀ ਆ ਇਹਦੇ ਤੇ ਟੈਕਸ ਲੱਗ ਗਿਆ ਫਿਰ ਭਾਵੇਂ ਨਾ ਲਾਇਓ ਕੀ ਪਤਾ ਕਿੱਦਣ ਲੱਗ ਜੇ ਪਤਾ ਲੱਗੇ ਤਾੜੀ ਤੇ GST ਲੱਗ ਗਿਆ ਬਾਬਾ ਜੀ
अद्धी रात तक मैं पढ़ती तेनू चिट्ठियां लिखण दी मारी हौली बोल कोई सुन ना लवे है सानू भी होगी मारी अद्धी रात तक मैं पढ़ती तेनू चिट्ठियां लिखण दी मारी अद्धी रात तक मैं पढ़ती तेनू चिट्ठियां लिखण दी मारी ओ हो 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 निशाना किते होर नहीं लारा किते होर ते बहाना किते होर नहीं तीर किते होर नी तीर किते होर नहीं निशाना किते होर नहीं आजा भैने कोई नहीं लभदा नहीं तेन गवाच नहीं देंदे सारे पिंड छट गया तेन भाई कुड़ी का पहली बार ही हो डैडी गवाज गया कोई नहीं भैने हमने आएंगे उन्होंने नाम की है सरदार गुरपाल सिंह जी साड़ी नेड़े तेड़े आवाज सुनते तो प्लीज तुम आ जाओ गुड़िया थोड़ी वेट कर रही है कोई ना भैने इतने तेन भेज के जावे ठीक है पिंड कह करनाणा अच्छा करनाणे तो होर भी आया कोई नेड़े तेड़े है और नाले ही कोई नहीं भैया तेन छड़ के आवे ठीक है तू बह जा इतने होना डैडी छड़ के तो नहीं जाता हूँ डैडी भी गॉड ब्लेस उस स्टेज ते गई तो पता लग ही गया हूँ हर पास आ जाता हूँ हम एडी दूरों आवाज तो नहीं थी आनी रोले निराश च कोई देर भावे जाते ला जाएंगे कोई गल नहीं आ जाए ओ लारा किते होर ते बहाना किते होर नी ओ तीर किते होर ते निशाना किते होर माइया ढोल सपाई और थांदी वीर सादा यार थांदी एक ताड़ी ला दो भाई धर्मवीर थांदी वीर के नाम की साडा बहुत सोहना पिंड पधाणा आए है वड्डे भाई जी बहुत जी आए यार बहुत वो ताडे इलाके से नवा नोट बड़ा आया थैंक यू जो देर चढ़ दी गल हाँ प्रधान साहब माइया ढोल सपाइया वे कोई होर सुना गल बात माइया ढोल सपाइया वे कोई होर सुना गल बात वे कलकत्ते ओ पक्की दी आदे चलूंगी सारी रात भगत सिंह मेला ना हो ਕਿੱਦਾਂ ਲੱਗਾ ਵਧੀਆ ਲੱਗਾ ਮਜ਼ਾ ਮਜ਼ਾ ਆਇਆ ਗੱਲਾਂ ਸੁਣਨ ਦਾ ਗੱਲਾਂ ਸੁਣਨ ਦਾ ਵੀ ਗਾਣਿਆਂ ਦਾ ਵੀ ਤੇ ਗੱਲਾਂ ਦਾ ਵੀ ਤੇ ਨਾਲ ਵਧੀਆ ਗੱਲਬਾਤ ਸਵਾਦ ਆ ਗਿਆ ਸਵਾਦ ਆਇਆ ਲਾਈਵ ਦੇ ਵਿੱਚ ਇਹ ਹੁੰਦਾ ਨਾ ਕਿ ਗੱਲਬਾਤ ਵੀ ਹੁੰਦੀ ਹੈ ਨਾਲ ਗਾਣਾ ਵੀ ਹੁੰਦਾ ਤਾਂ ਹੀ ਮਤਲਬ ਲਾਈਵ ਸ਼ੋਅ ਵੇਖਣ ਦਾ ਬਹੁਤਾ ਸਵਾਦ ਆਉਂਦਾ ਗਾਣੇ ਦੇ ਵਿੱਚ ਤੇ ਜਸਟ ਗਾਣਾ ਤੁਸੀਂ ਸੁਣ ਲਿਆ ਹੈ ਮਿਊਜ਼ਿਕ ਆ ਗਿਆ ਲੇਕਿਨ ਗੱਲਬਾਤ ਕਰਨੀ ਮੌਕੇ ਦੀ ਮناسبਤ ਨਾਲ ਫਿਰ ਮਜ਼ਾਕ ਕਰਨਾ
ਸਾਡੇ ਪਾਕਿਸਤਾਨ ਵੀ ਬੰਦਾ ਪਾਕਿਸਤਾਨ ਚ ਸਿਰਫ ਮੁਸ਼ਰਫ ਦੌਰ ਤੱਕ ਹੁੰਦੇ ਸੀ ਕੋਈ ਲਾਈਵ ਸ਼ੋ ਹੈ ਨਾ ਕਾਲਜਾਂ ਵਿੱਚ ਸਾਡੇ ਆਤਿਫ ਅਸਲਮ ਆਇਆ ਸੀ ਇੱਕ ਦਫਾ ਉਸ ਤੋਂ ਬਾਅਦ ਤੇ ਬੰਦ ਹੋ ਗਏ ਖਤਮ ਹੋ ਗਏ ਹੁਣ ਤੇ ਉਹ ਹੁੰਦੇ ਨਹੀਂ ਹੁੰਦੇ ਚਲੋ ਬਾਕੀ ਆਪਾਂ ਜੀ ਅਗਲਾ ਨੈਕਸਟ ਵੀਡੀਓ ਜਿਹੜਾ ਉਹ ਵੇਖ ਲੈਂਦੇ ਹਾਂ ਕਿ ਅੱਗੇ ਕੀ ਆਪਣੇ ਕੋਲ ਅਤੇ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰੱਖੋ ਆਪਣਾ ਖਿਆਲ।